ਪੰਜਾਬ ਪੁਲਿਸ ਦੇ ਏਐਸਆਈ ਨੂੰ ਪੁਲਿਸ ਦੀ ਵਰਦੀ ਪਹਿਨੀ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਪੈਰਾਂ 'ਚ ਝੁਕਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਇਸਦਾ ਖਾਮਿਆਜ਼ਾ ਉਸਨੂੰ ਆਪਣੀ ਨੌਕਰੀ ਗਵਾ ਕੇ ਭੁਗਤਣਾ ਪਿਆ। ਦਰਅਸਲ ਤ੍ਰਿਪਤ ਰਾਜਿੰਦਰ ਬਾਜਵਾ ਗੁਰਦਾਸਪੁਰ 'ਚ ਸਥਿਤ ਆਪਣੀ ਰਿਹਾਇਸ਼ 'ਤੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਸਨ ਕਿ ਉਸੇ ਸਮੇਂ ਫਤਿਹਗੜ੍ਹ ਚੂੜੀਆਂ ਦਾ ਏਐਸਆਈ ਆਪਣੇ ਕਿਸੇ ਨਿੱਜੀ ਕੰਮ ਤੋਂ ਉਹਨਾਂ ਕੋਲ ਪਹੁੰਚਿਆ ਅਤੇ ਕੈਬਨਿਟ ਮੰਤਰੀ ਦੇ ਪੈਰਾਂ ਨੂੰ ਹੱਥ ਲਗਾ ਕੇ ਮੱਥਾ ਟੇਕਣ ਲੱਗਿਆ ਤਾਂ ਉਸੇ ਸਮੇਂ ਮੰਤਰੀ ਜੀ ਨੇ ਏਐਸਆਈ ਪਲਵਿੰਦਰ ਸਿੰਘ ਦੀ ਜੰਮ ਕੇ ਝਾੜ ਲਗਾ ਦਿੱਤੀ। ਰਾਜਿੰਦਰ ਬਾਜਵਾ ਨੇ ਇਸ ਨੂੰ ਪੁਲਿਸ ਦੀ ਵਰਦੀ ਦਾ ਅਪਮਾਨ ਦੱਸਿਆ ਅਤੇ ਆਲਾ ਅਧਿਕਾਰੀਆਂ ਨੂੰ ਵਿਭਾਗੀ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ। ਸਾਡੇ ਨੋਟਿਸ ਵਿੱਚ ਆਈ ਗੱਲ ਕਿ ਏਐਸਆਈ ਪਲਵਿੰਦਰ ਸਿੰਘ ਜਿਹੜਾ ਫਤਿਹਗੜ੍ਹ ਚੂੜੀਆਂ ਵਿੱਚ ਤੈਨਾਤ ਸੀ, ਅੱਜ ਸਵੇਰੇ ਉਸਨੇ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਤ੍ਰਿਪਤ ਰਿੰਦਰ ਜੀ ਬਾਜਵਾ ਦੇ ਰੈਜੀਡੈਂਸ 'ਤੇ ਜਾ ਕੇ ਯੂਨੀਫਾਰਮ ਦੇ ਵਿੱਚ ਉਸਨੇ ਉਸ 'ਤੇ ਉਹਨਾਂ ਦੇ ਪੈਰੀ ਹੱਥ ਲਾਇਆ ਅਤੇ ਇਹ ਬਹੁਤ ਹੀ ਉਹਨਾਂ ਨੂੰ ਜਿਹੜਾ ਇਨਡਿਸਿਪਲਿਨ ਕੀਤੀ ਆ, ਇਸ ਲਈ ਉਹਨਾਂ ਨੂੰ ਜਿਹੜਾ ਆ ਮੁਅੱਤਲ ਕਰਕੇ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਗਿਆ। ਹੁਣ ਉਹੀ ਦੱਸ ਸਕਦਾ ਕਿ ਇਹ ਕੋਈ ਆਪਣੇ ਕੰਮ ਲਈ ਕੋਈ ਪਰਸਨ ਗਿਆ ਹੋਊ, ਕਿਹੜੇ ਗੱਲੋਂ ਜਾ ਕੇ ਗੋਡੀਆਂ ਹੱਥ ਉਹਨਾਂ 'ਤੇ ਲਾਉਣ ਡੇ। ਫਿਲਹਾਲ ਪੁਲਿਸ ਨੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦੇ ਆਦੇਸ਼ 'ਤੇ ਵਿਭਾਗੀ ਕਾਰਵਾਈ ਕਰਦੇ ਹੋਏ ਏਐਸਆਈ ਨੂੰ ਮੁਅੱਤਲ ਕਰ ਦਿੱਤਾ। ਕੈਬਨਿਟ ਮੰਤਰੀ ਵੱਲੋਂ ਇਸ ਤਰ੍ਹਾਂ ਵਰਦੀ ਦਾ ਅਪਮਾਨ ਕੀਤੇ ਜਾਣ 'ਤੇ ਕੀਤੀ ਗਈ ਕਾਰਵਾਈ ਸ਼ਲਾਘਾਯੋਗ ਹੈ ਅਤੇ ਇਹ ਚੰਗਾ ਸੰਦੇਸ਼ ਵੀ ਹੈ। ਇਸ ਤਰ੍ਹਾਂ ਕਿਸੇ ਵੀ ਅਧਿਕਾਰੀ ਅਤੇ ਰਾਜਨੇਤਾ 'ਤੇ ਵਰਦੀ ਦਾ ਅਪਮਾਨ ਕਰਨ 'ਤੇ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਗਬਾਣੀ ਟੀਵੀ ਬਿਊਰੋ ਰਿਪੋਰਟ, ਚੰਡੀਗੜ੍ਹ।